ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 'ਤੇ। ਤਾਂ ਬਾਈ ਜੀ ਲੈ ਕੇ ਹਾਜ਼ਰਾਂ ਆਪਾਂ ਅੱਜ ਹੋਣ ਵਾਲੀ ਕਬੱਡੀ ਟੂਰਨਾਮੈਂਟਾਂ ਦੀ ਕੁਝ ਅਪਡੇਟ। ਸਭ ਤੋਂ ਪਹਿਲਾਂ ਦੋਸਤੋ, ਅੱਜ USA ਵਿਖੇ ਦੋ ਵੱਡੇ ਕਬੱਡੀ ਕੱਪ ਹੋਣਗੇ। ਇੱਕ ਟਰੇਸੀ ਵਿਖੇ ਹੋਵੇਗਾ, ਜਿਸ ਦੇ ਵਿੱਚ ਪਾਲੇ ਖੁਸ਼ੀ ਹੋਰੀ ਖੇਡਣਗੇ, ਜੱਗੇ ਚਿੱਟੀ ਹੋਰੀ। ਜਿਹੜੇ ਪਲੇਅਰ ਉਹ ਦੂਜੇ ਕਬੱਡੀ ਕੱਪ 'ਤੇ ਨਹੀਂ ਖੇਡਦੇ ਉਹ ਅੱਜ ਇੱਧਰ ਖੇਡਣਗੇ। ਬਾਕੀ ਦੋਸਤੋ, ਦੂਸਰਾ ਵੱਡਾ ਕਬੱਡੀ ਕੱਪ ਹੋਵੇਗਾ ਬੈਕਰ ਸਪੀਰਡ ਵਿੱਚ। ਇੱਥੇ ਅੱਜ ਸੁਲਤਾਨ ਹੋਰੀ ਖੇਡਣਗੇ, ਸੀਲੂ ਹੋਰੀ, ਬਾਂਟੀ ਟਿੱਬੇ ਹੋਰੀ। ਸੋ ਜਿਹੜੇ ਪਹਿਲਾਂ ਪਲੇਅਰ ਖੇਡਦੇ ਨੇ, ਤਾਂ ਦੋਸਤੋ ਇਹਨਾਂ ਮੈਚਾਂ ਦਾ ਲੈਵ ਚੱਲੇਗਾ ਲੈਵ ਕਬੱਡੀ 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਵੱਡਾ ਕਬੱਡੀ ਕੱਪ ਹੋਵੇਗਾ ਪਿੰਡ ਸੇਲਵਰਾ, ਜ਼ਿਲ੍ਹਾ ਬਠਿੰਡਾ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਵਿੱਚ 3 ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 52,000 ਅਤੇ ਬੈਸਟਾਂ ਨੂੰ ਉੱਥੇ ਇਲੈਕਟ੍ਰਿਕ ਸਕੂਟਰ ਦਿੱਤੇ ਜਾਣਗੇ। ਬਾਕੀ ਦੋਸਤੋ, ਅੱਜ ਇਸ ਕਬੱਡੀ ਕੱਪ 'ਤੇ ਭਲਵਾਨ ਮੋੜਨ ਦਾਬਾ ਦਾ ਥਾਰ ਗੱਡੀ ਦੇ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ ਜਾਵੇਗਾ। ਤਾਂ ਬਾਈ ਜੀ, ਇਹਨਾਂ ਮੈਚਾਂ ਦਾ ਲੈਬ ਚੱਲੇਗਾ ਕਬੱਡੀ 365 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਵੱਡਾ ਕਬੱਡੀ ਕੱਪ ਹੋਵੇਗਾ ਪਿੰਡ ਆਲਮਪੁਰ, ਨੇੜੇ ਕੌਲੀ, ਜ਼ਿਲ੍ਹਾ ਪਟਿਆਲਾ ਵਿਖੇ। ਇੱਥੇ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ, 3 ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 52,000 ਅਤੇ ਬੈਸਟਾਂ ਨੂੰ ਇੱਥੇ 1-1 ਟੀਨ ਦੇਸੀ ਘਿਓ ਅਤੇ 1 ਕਿਲੋ ਬਦਾਮ ਦਿੱਤੇ ਜਾਣਗੇ। ਤਾਂ ਬਾਈ ਜੀ, ਇਹਨਾਂ ਮੈਚਾਂ ਦਾ ਲੈਵ ਚੱਲੇਗਾ ਕਬੱਡੀ 1-2-3 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਕੱਪ ਹੋਣਾ ਹੈ ਪਿੰਡ ਫਿਲੌਰ ਵਿਖੇ। ਇੱਥੇ ਅੱਜ ਦੁਬਾਬਾ ਕਬੱਡੀ ਲੀਗ ਦੇ ਮੈਚ ਕਰਵਾਏ ਜਾਣਗੇ ਅਤੇ ਬੈਸਟਾਂ ਨੂੰ ਉੱਥੇ ਮੋਟਰਸਾਈਕਲ ਦਿੱਤੇ ਜਾਣਗੇ। ਬਾਕੀ ਪਹਿਲਾ ਦੂਜਾ ਇਨਾਮ ਇਹਨਾਂ ਨੇ ਮੈਨਸ਼ਨ ਨਹੀਂ ਕੀਤਾ। ਤਾਂ ਦੋਸਤੋ, ਇਹਨਾਂ ਮੈਚਾਂ ਦਾ ਲੈਬ ਚੱਲ ਸਕਦਾ ਹੈ ਲੋਕ ਪੰਜਾਬੀ TV 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਇੱਕ ਹੋਰ ਵਧੀਆ ਕਬੱਡੀ ਕੱਪ ਹੋਵੇਗਾ। ਇਹ ਕਬੱਡੀ ਕੱਪ ਹੋਣਾ ਹੈ ਪਿੰਡ ਢੀਮਾ ਵਾਲੀ, ਜ਼ਿਲ੍ਹਾ ਫਰੀਦਕੋਟ ਵਿਖੇ। ਇੱਥੇ ਵੀ ਅੱਜ ਓਪਨ ਕਬੱਡੀ ਦੇ ਮੈਚ ਕਰਵਾਏ ਜਾਣਗੇ, 3 ਪਲੇਅਰ ਬਾਹਰੋਂ ਖੇਡ ਸਕਦੇ ਨੇ। ਓਪਨ ਕਬੱਡੀ ਦੇ ਲਈ ਪਹਿਲਾ ਇਨਾਮ 71,000, ਦੂਜਾ ਇਨਾਮ 61,000 ਅਤੇ ਬੈਸਟਾਂ ਨੂੰ ਇੱਥੇ ਸਰਪ੍ਰਾਈਜ਼ ਦਿੱਤੇ ਜਾਣਗੇ। ਤਾਂ ਬਾਈ ਜੀ, ਇਹਨਾਂ ਮੈਚਾਂ ਦਾ ਲੈਬ ਚੱਲੇਗਾ ਕਬੱਡੀ TV 'ਤੇ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਬਾਦੀਆਂ, ਤਹਿਸੀਲ ਗਿੱਦੜਵਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ। ਇੱਥੇ ਅੱਜ 65 ਕਿਲੋ ਅਤੇ ਓਪਨ ਕਬੱਡੀ ਨਰੋਲ ਪਿੰਡ ਬਾਰ ਦੇ ਮੈਚ ਕਰਵਾਏ ਜਾਣਗੇ। 65 ਦੇ ਵਿੱਚ 2 ਪਲੇਅਰ ਬਾਹਰੋਂ ਖੇਡ ਸਕਦੇ ਨੇ। ਨਰੋਲ ਪਿੰਡ ਬਾਰ ਦੇ ਲਈ ਪਹਿਲਾ ਇਨਾਮ 31,000, ਦੂਜਾ ਇਨਾਮ 21,000, ਬੈਸਟਾਂ 52,500। ਉੱਥੇ ਹੀ 65 ਕਿਲੋ ਦੇ ਲਈ ਪਹਿਲਾ ਇਨਾਮ 21,000, ਦੂਜਾ ਇਨਾਮ 15,000 ਅਤੇ ਬੈਸਟਾਂ ਨੂੰ ਉੱਥੇ LEDs ਦਿੱਤੀਆਂ ਜਾਣਗੀਆਂ। ਉਸ ਤੋਂ ਅੱਗੇ ਬਾਈ ਜੀ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਰੱਬੋ ਨੀਚੀ, ਜ਼ਿਲ੍ਹਾ ਲੁਧਿਆਣਾ ਵਿਖੇ। ਇੱਥੇ ਅੱਜ 45 ਕਿਲੋ ਅਤੇ 65 ਕਿਲੋ ਦੇ ਮੈਚ ਕਰਵਾਏ ਜਾਣਗੇ। 2-2 ਪਲੇਅਰ ਬਾਹਰੋਂ ਖੇਡ ਸਕਦੇ ਨੇ। 65 ਕਿਲੋ ਦੇ ਲਈ ਪਹਿਲਾ ਇਨਾਮ 7,100, ਦੂਜਾ ਇਨਾਮ 6,500। ਉੱਥੇ ਹੀ 45 ਕਿਲੋ ਦੇ ਲਈ ਪਹਿਲਾ ਇਨਾਮ 3,500 ਅਤੇ ਦੂਜਾ ਇਨਾਮ 3,000 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਮੰਗਲੀ, ਰਾਹੋ ਰੋਡ, ਲੁਧਿਆਣਾ ਵਿਖੇ। ਇੱਥੇ ਅੱਜ 32 ਕਿਲੋ, 42 ਕਿਲੋ ਅਤੇ 52 ਕਿਲੋ ਦੇ ਮੈਚ ਕਰਵਾਏ ਜਾਣਗੇ। 52 ਕਿਲੋ ਦੇ ਵਿੱਚ 1 ਪਲੇਅਰ ਬਾਹਰੋਂ ਖੇਡ ਸਕਦਾ ਹੈ। 52 ਕਿਲੋ ਦੇ ਲਈ ਪਹਿਲਾ ਇਨਾਮ 81,100, ਦੂਜਾ ਇਨਾਮ 6,500। 42 ਕਿਲੋ ਦੇ ਲਈ ਪਹਿਲਾ ਇਨਾਮ 7,100,
ਦੂਜਾ ਇਨਾਮ 5500, ਉੱਥੇ ਹੀ 32 ਕਿਲੋ ਦੇ ਲਈ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਜਲਾਲਪੁਰ ਤਹਿਸੀਲ ਬਲਾਚੌਰ ਵਿਖੇ, ਇੱਥੇ ਅੱਜ 52 ਕਿਲੋ ਅਤੇ 65 ਕਿਲੋ ਦੇ ਮੈਚ ਕਰਵਾਏ ਜਾਣਗੇ। 52 ਕਿਲੋ ਪਿੰਡ ਪੱਧਰ ਅਤੇ 65 ਕਿਲੋ ਆਲ ਓਪਨ ਹੋਣਗੇ। 65 ਕਿਲੋ ਦੇ ਲਈ ਪਹਿਲਾ ਇਨਾਮ 6600, ਦੂਜਾ ਇਨਾਮ 5500, ਉੱਥੇ ਹੀ 52 ਕਿਲੋ ਦੇ ਲਈ ਪਹਿਲਾ ਇਨਾਮ 4100 ਅਤੇ ਦੂਜਾ ਇਨਾਮ 3100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ 22 ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਕਕਰਾਲਾ ਨਾਭਾ ਵਿਖੇ, ਇੱਥੇ ਅੱਜ 42 ਕਿਲੋ ਅਤੇ 55 ਕਿਲੋ ਦੇ ਮੈਚ ਕਰਵਾਏ ਜਾਣਗੇ। 42 ਕਿਲੋ ਦੇ ਲਈ ਪਹਿਲਾ ਇਨਾਮ 5100, ਦੂਜਾ ਇਨਾਮ 4100, ਉੱਥੇ ਹੀ 55 ਕਿਲੋ ਦੇ ਲਈ ਪਹਿਲਾ ਇਨਾਮ 7100 ਅਤੇ ਦੂਜਾ ਇਨਾਮ 6100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਮਾਨ ਮਰਾੜ ਜ਼ਿਲ੍ਹਾ ਫਰੀਦਕੋਟ ਵਿਖੇ, ਇੱਥੇ ਅੱਜ 55 ਕਿਲੋ ਦੇ ਮੈਚ ਹੋਣਗੇ, ਦੋ ਪਲੇਅਰ ਬਾਹਰੋਂ ਖੇਡ ਸਕਦੇ ਨੇ। 55 ਕਿਲੋ ਦੇ ਲਈ ਪਹਿਲਾ ਇਨਾਮ 6100 ਅਤੇ ਦੂਜਾ ਇਨਾਮ 5100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ ਦੋਸਤੋ ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ ਪਿੰਡ ਭੁੱਲਰ ਕੋਠੇ ਵਿਖੇ, ਇੱਥੇ ਅੱਜ 45 ਕਿਲੋ ਅਤੇ 65 ਕਿਲੋ ਦੇ ਮੈਚ ਕਰਵਾਏ ਜਾਣਗੇ। 65 ਕਿਲੋ ਦੇ ਲਈ ਪਹਿਲਾ ਇਨਾਮ 11000, ਦੂਜਾ ਇਨਾਮ 9100, ਬੈਸਟਾਂ ਨੂੰ ਛੱਤ ਵਾਲੇ ਪੱਖੇ ਦਿੱਤੇ ਜਾਣਗੇ। ਉੱਥੇ ਹੀ 45 ਕਿਲੋ ਦੇ ਲਈ ਪਹਿਲਾ ਇਨਾਮ 4100, ਦੂਜਾ ਇਨਾਮ 3100 ਅਤੇ ਬੈਸਟਾਂ ਨੂੰ ਕੱਪ ਦਿੱਤੇ ਜਾਣਗੇ। ਉਸ ਤੋਂ ਅੱਗੇ 22 ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਰੋਕਣਪੁਰਾ ਖੂਹੀ ਖੇੜਾ ਜ਼ਿਲ੍ਹਾ ਅਬੋਹਰ ਵਿਖੇ, ਇੱਥੇ ਅੱਜ 50 ਕਿਲੋ ਦੇ ਮੈਚ ਕਰਵਾਏ ਜਾਣਗੇ। 50 ਕਿਲੋ ਦੇ ਲਈ ਪਹਿਲਾ ਇਨਾਮ 5100 ਅਤੇ ਦੂਜਾ ਇਨਾਮ 4100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ 22 ਅੱਜ ਕਬੱਡੀ ਦੇ ਮੈਚ ਹੋਣਗੇ ਪਿੰਡ ਫੱਗੂ ਜ਼ਿਲ੍ਹਾ ਸਿਰਸਾ ਵਿਖੇ, ਇੱਥੇ ਅੱਜ 28 ਕਿਲੋ ਅਤੇ 43 ਕਿਲੋ ਦੇ ਮੈਚ ਕਰਵਾਏ ਜਾਣਗੇ। 28 ਕਿਲੋ ਦੇ ਲਈ ਪਹਿਲਾ ਇਨਾਮ 1500, ਦੂਜਾ ਇਨਾਮ 1100, ਉੱਥੇ ਹੀ 43 ਕਿਲੋ ਦੇ ਲਈ ਪਹਿਲਾ ਇਨਾਮ 3100 ਅਤੇ ਦੂਜਾ ਇਨਾਮ 2100 ਰੁਪਇਆ ਰੱਖਿਆ ਗਿਆ ਹੈ। ਉਸ ਤੋਂ ਅੱਗੇ 22 ਅੱਜ ਇੱਕ ਵਧੀਆ ਕਬੱਡੀ ਦਾ ਸ਼ੋਅ ਮੈਚ ਕਰਵਾਇਆ ਜਾਵੇਗਾ ਜੋ ਕਿ ਪਿੰਡ ਮੱਖੀ ਕਲਾਂ ਜ਼ਿਲ੍ਹਾ ਤਰਨ ਤਾਰਨ ਵਿਖੇ ਹੋਵੇਗਾ। ਇੱਥੇ ਅੱਜ ਆਜ਼ਾਦ ਕਬੱਡੀ ਕਲੱਬ ਮੱਖੀ ਕਲਾਂ ਅਤੇ ਬਾਬਾ ਭਾਗਦਾਸ ਜੀ ਸਪੋਰਟਸ ਕਲੱਬ ਮੱਲਾਂ ਦੀਆਂ ਟੀਮਾਂ ਖੇਡਣਗੀਆਂ। ਤਾਂ ਦੋਸਤੋ ਇਹਨਾਂ ਮੈਚਾਂ ਦਾ ਲੈਵ ਚੱਲੇਗਾ ਪੰਜਾਬ 7 TV 'ਤੇ। ਤਾਂ ਇਹ ਸੀ 22 ਜੀ ਅੱਜ ਹੋਣ ਵਾਲੇ ਕੁਝ ਕਬੱਡੀ ਦੇ ਮੈਚ, ਅਤੇ ਬਾਕੀ ਹੋਰ ਆਉਣ ਵਾਲੇ ਕਬੱਡੀ ਕੱਪਾਂ ਦੀ ਜਾਣਕਾਰੀ ਦੇ ਲਈ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬਾਕੀ ਬਾਈ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।